खबर मोगा तो है जिथे एक लड़की नाल जबरदस्ती करन दे दोषां विच मोगा पुलिस ने लड़की दे दोस्त अते दो अणपछातियां ते धारा 307 376 511 दे अधीन मामला दर्ज किया है। लड़की अते उसके दोस्त दरमियान हुई तकरारबाजी तो बाद लड़की स्टेडियम की छत तो डिग गई जिस तो बाद गंभीर रूप से जख्मी हो गई। बहरहाल लड़की नूं लुधियाणा दे एक प्राइवेट हस्पताल विच इलाज लई भर्ती करवाया गया ते हुण पुलिस इस मामले की बारीकी नाल जांच कर रही है। तुहानू दस दईए कि यह मामला 4 दिन पुराना है पर पिछले 4 दिनों तो कुड़ी बेहोश सी ते हुण पीड़ित कुड़ी दे होश विच आउण तो बाद पुलिस ने पीड़ित कुड़ी दी स्टेटमेंट रिकॉर्ड कीती है अते पीड़ित लड़की दे पिता दे बयानां ते मामला दर्ज कीता है। जानकारी दिंदे होए पीड़ित लड़की दे पिता ने दस्सिया कि मेरी लड़की मोगा स्थित गोदेवाला स्टेडियम खेडन गई सी ते उसनू उसदे दोस्त ने स्टेडियम दी छत ते बुला लिया अते मेरी लड़की तो उसदे दोस्त जतिन कंडा वल्लों फोन मंगया गया ते इस दरमियान दोवां दी आपस विच तकरार हो गई। पीड़ित लड़की दे पिता ने दस्सिया कि जतिन कंडा नाम दे लड़के दे कुछ होर दोस्त भी उत्थे मौजूद सी। आपस विच तकरारबाजी तो बाद जब लड़की उत्थों भज्जण लगी तां पिछों जतिन कंडा ने उस नाल जबरदस्ती करन दी कोशिश कीती अते विरोध करन ते उसनू स्टेडियम दी छत तों थल्ले सुट दिता। उथे ही दूजे पासे चश्मदीद ने दसिया कि असी पार्क विच डेली दी तरह फुटबाल खेड रहे सी ता सानू साडे दोस्त ने कहा कि एक लड़की उपरों गिर गई है ता असी मौके ते देखिया ता वो लड़की बेहोशी दी हालत विच पई सी पर जदों उसनू जाके देखिया ता उसदी धड़कन चल रही सी ता असी उसनू चुके हस्पताल विच पहुंचाया अते उन्हां कहा कि कुछ लड़के इत्थे गल्लां कर रहे सी कि इस लड़की दे नाल उपर 2-3 व्यक्ति भी सी। उथे ही हुण थाणा मुखी दलजीत सिंह ने दस्सिया कि घटना 4 दिन पहलां दी है पर लड़की पिछले कई दिनों तो बेहोश सी जिस कारण उसकी स्टेटमेंट रिकॉर्ड नहीं हुई सी। अज लड़की दे होश विच आउण तो बाद लड़की नाल गलबात करके लड़की दे पिता दे बयानां दे आधार ते मोगा दे थाणा सिटी 1 विच जतिन कंडा ते दो अणपछाते विरुद्ध मामला दर्ज कीता गया। ਉੱਥੇ ਖੇਡਣ ਚਲੀ ਗਈ। ਖੇਡਣ ਤੋਂ ਬਾਅਦ ਇਹਦੇ ਯਾਰ ਦੋਸਤ ਦਾ ਟੈਲੀਫੋਨ ਆਇਆ ਕਿ ਤੂੰ ਬਈ ਕਿੱਥੇ ਹੈ ਤੇ ਇਹਨੇ ਦੱਸਤਾ ਜੀ ਮੈਂ ਇੱਥੇ ਖੇਡਦੀ ਪਈ ਹੈ ਔਰ ਉਹ ਮੁੰਡਾ ਵੀ ਉੱਥੇ ਪਹੁੰਚ ਗਿਆ ਔਰ ਉਹਨੂੰ ਗੱਲਾਂ ਗੱਲਾਂ 'ਚ ਮਤਲਬ ਗੱਲਾਂ ਬਾਤਾਂ ਕਰਦੇ ਕਰਦੇ ਉੱਪਰ ਲੈ ਗਿਆ। ਉਹਦੇ ਨਾਲ ਉਹਦੇ ਦੋ ਦੋਸਤ ਹੋਰ ਵੀ ਸੀਗੇ ਜਿਹੜੇ ਕਿ ਉੱਪਰ ਬੈਠੇ ਸੀ ਜੀ। ਇਸ ਤੋਂ ਫੋਨ ਖੋਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਇਹਨੇ ਫੋਨ ਨਹੀਂ ਦਿੱਤਾ ਤਾਂ ਇਹਨੂੰ ਮਤਲਬ ਕੁੱਟਿਆ ਪਹਿਲੇ ਉਹਨਾਂ ਨੇ। ਜਦੋਂ ਇਹਨੂੰ ਕੁੱਟਿਆ ਇਹ ਮਤਲਬ ਘਬਰਾ ਕੇ ਜਦੋਂ ਉੱਥੋਂ ਭੱਜੀ ਹੈ ਤਾਂ ਉਹਨਾਂ ਨੇ ਪਿੱਛੋਂ ਦੀ ਆ ਕੇ ਇਹਨੂੰ ਧੱਕਾ ਦੇ ਕੇ ਥੱਲੇ ਸੁੱਟਤਾ ਜੀ। ਨਹੀਂ ਕੋਈ ਇਹਦੇ ਨਾਲ ਗਲਤ ਹਰਕਤ ਕਰਨ ਦੀ ਵੀ ਕੋਸ਼ਿਸ਼ ਹਾਂਜੀ ਔਰ ਮਤਲਬ ਇਹਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ। ਅਤੇ ਪੁਲਿਸ ਕੋਲ ਕੋਈ ਸ਼ਿਕਾਇਤ? ਪੁਲਿਸ ਕੋਲ ਹਾਂਜੀ ASI ਸਾਹਿਬ ਦਾ ਮੈਨੂੰ ਟੈਲੀਫੋਨ ਆਇਆ ਸੀ ਕਹਿੰਦੇ ਵੀ ਅਸੀਂ ਬਿਆਨ ਲੈਣ ਆਵਾਂਗੇ ਲੇਕਿਨ ਇਸ ਕਰਕੇ ਉਹ ਸ਼ਾਇਦ ਅੱਜ ਆ। ਕਿੰਨੇ ਦਿਨ ਹੋ ਗਏ ਇਸ ਘਟਨਾ ਨੂੰ? ਇਹ ਜੀ 12 ਤਰੀਕ ਦੀ ਘਟਨਾ ਹੈ ਜੀ। ਅਤੇ ਹੁਣ ਲੜਕੀ ਦਾ ਕੀ ਸੱਟ ਵੱਜੀ ਹੈ? ਲੜਕੀ ਦੇ ਜੀ ਦੋਨੇ ਦਾ ਪੈਰ ਫ੍ਰੈਕਚਰ ਹੈ ਜੀ। ਇੱਕ ਪੈਰ 2 ਜਗ੍ਹਾ ਤੋਂ ਟੁੱਟਿਆ ਜੀ, ਇੱਕ ਪੈਰ ਇੱਕ ਜਗ੍ਹਾ ਤੋਂ ਟੁੱਟਿਆ ਅਤੇ ਇੱਕ ਜਵਾਲਾ ਟੁੱਟਿਆ ਜੀ। ਅੱਖ ਦੇ ਥੱਲੇ ਵੀ ਹੱਡੀ ਟੁੱਟੀ ਹੋਈ ਹੈ ਜੀ। ਆ ਠੁੱਡੀ 'ਚੋਂ ਸਾਰੇ ਮਤਲਬ ਜ਼ਖਮ ਹੈ ਬਹੁਤ ਵੱਡੇ ਔਰ ਟਾਂਕੇ ਲੱਗੇ ਬਾਕੀ ਵੀ ਡਾਕਟਰ ਸਾਹਿਬ ਨੇ ਚੈੱਕ ਕਰਕੇ ਦੱਸਣਾ ਸਾਰਾ ਕੁਛ ਔਰ ਇਸ ਚੀਜ਼ 'ਤੇ ਵੀ ਮਤਲਬ ਉਹਦੇ ਹਜੇ ਚੁੱਲ੍ਹੇ 'ਤੇ ਵੀ ਹਜੇ ਟੈਸਟ ਹੋਣਾ ਹੈ। ਉਹ ਸ਼ਾਇਦ ਇੱਕ ਅੱਡੀ ਹੋਰ ਟੁੱਟੀ ਹੋਈ। ਕਿਹੜੀ ਕਲਾਸ ਪੜ੍ਹਦੀ ਹੈ? ਇਹ +2 'ਚ ਪੜ੍ਹਦੀ ਹੈ ਜੀ। ਅਰਪਿਤ ਜੀ, ਕੀ ਹੋਇਆ ਸੀਗਾ 12 ਤਰੀਕ ਨੂੰ ਇੱਥੇ ਇੱਕ ਲੜਕੀ ਜਿਹੜੀ ਗਿਰੀ ਸੀਗੀ, ਕਿਵੇਂ ਗਿਰੀ ਆ, ਕੀ ਚੀਜ਼ ਦੇਖਿਆ ਸੀ? ਅਸੀਂ ਤਾਂ ਇੱਥੇ ਗਲੀ ਵਾਂਗੂ ਹੀ ਖੇਡਦੇ ਹੁੰਦੇ ਹਾਂ ਹਰ ਰੋਜ਼, ਜਦੋਂ ਦਿਨ ਵਾਲੀਬਾਲ ਖੇਡੀ ਜਾ ਰਹੇ ਸੀਗੇ। ਸਾਡੇ ਫਰੈਂਡ ਸਰਕਲ 'ਚੋਂ ਕੋਈ ਇੱਥੇ ਬੱਚਾ ਖੜਾ ਸੀਗਾ ਅਤੇ ਉਸਨੇ ਕਿਹਾ ਕਹਿੰਦਾ ਕੁੜੀ ਡਿੱਗ ਪਈ ਹੈ। ਅਸੀਂ ਭੱਜ ਗਏ, ਦੇਖਿਆ ਤਾਂ ਕੁੜੀ ਅਨਕੋਨਸ਼ੀਅਸ ਸੀਗੀ ਪੂਰੀ, ਕੁਛ ਬੋਲ ਵੀ ਨਹੀਂ ਰਹੀ। ਸਾਨੂੰ ਤਾਂ ਸੀਗਾ ਵੀ ਇੱਥੇ ਡੈਥ ਹੋ ਗਈ ਹੋਊਗੀ, ਬਾਕੀ ਸੁਸਾਈਡ ਅਟੈਂਪਟ ਲੱਗਦਾ ਸੀਗਾ। ਪਰ ਜਦ ਦੇਖਿਆ ਉਹਨੂੰ ਹੌਲੀ ਹੌਲੀ ਜਦ ਹੱਥ ਦੇਖ ਲਿਆ ਤਾਂ ਦਰਦ ਚੱਲ ਰਿਹਾ ਸੀਗਾ, ਧੜਕਣ ਚੱਲ ਰਹੀ ਸੀ। ਅਸੀਂ ਫੌਰਨ ਉਹਨੂੰ ਚੱਕ ਕੇ ਲੈ ਗਏ ਸੀ। ਤੁਸੀਂ ਲੈ ਕੇ ਗਏ ਸੀਗੇ? ਹਾਂਜੀ, ਸਾਰੇ ਸਾਥੀ ਸੀਗੇ। ਕੀ ਹੋਇਆ, ਕੀ ਸੀ ਐਕਚੁਅਲ ਕਹਾਣੀ, ਕੀ ਹੋਈ ਇੱਥੇ? ਬਾਅਦ ਦੇ ਵਿੱਚ ਪਤਾ ਲੱਗਿਆ ਗਾ ਵੀ ਸਾਨੂੰ ਕਿਸੇ ਬੱਚੇ ਨੇ ਗਾਂਧ ਗਾਂ ਜਿਵੇਂ ਗੱਲ ਆਈ ਹੈ ਸਾਡੇ ਕੋਲ, ਉਹ ਕਹਿੰਦੇ ਇੱਥੇ 2-3 ਜਣੇ ਸੀਗੇ ਉੱਪਰ ਉਹਦੇ ਨਾਲ, ਕੁੜੀ ਦੇ ਨਾਲ। ਹੁਣ ਉਹ ਪਤਾ ਨਹੀਂ ਗਾ ਸੁਸਾਈਡ ਸੀਗਾ ਜਾਂ ਕਿਵੇਂ ਆ, ਉਹਨਾਂ ਨੇ ਧੱਕਾ ਮਾਰਤਾ ਜਾਂ ਕੁਛ ਵੀ ਆ, ਉਹ ਨਹੀਂ ਹੁਣ ਪਤਾ ਗਾ। ਤੇ ਉਹ ਕਹਿ ਰਹੇ 2-3 ਜਣੇ ਗਲੀ ਗਲੋਚ ਕਰ ਰਹੇ ਸੀਗੇ। ਜਦੋਂ ਤੁਸੀਂ ਲੜਕੀ ਨੂੰ ਚੱਕਿਆ, ਕੀ ਹਾਲਾਤ ਕੀ ਸੀ? ਬਹੁਤ ਕੰਡੀਸ਼ਨ ਬਹੁਤ ਸੀਰੀਅਸ ਸੀਗੀ। ਇਹਨਾਂ ਤੋਂ ਪਹਿਲਾਂ ਤਾਂ ਅਨਕੋਨਸ਼ੀਅਸ ਸੀਗੇ, ਕੋਈ ਸਾਫ਼ ਸੁਥਰੀ ਹੈ ਨਹੀਂ ਸੀਗਾ, ਲੱਗਦਾ ਨਹੀਂ ਸੀ ਵੀ ਸਹੀ ਹੈਗਾ ਜਾਂ ਬਚ ਸਕਣ। ਤਾਂ ਹੀ ਲੱਗਦਾ ਸੀਗਾ ਜੀ 5-10 ਮਿੰਟ ਡੈਥ ਨਾ ਹੋ ਜੇ ਤੇ ਐਂਬੂਲੈਂਸ ਨੂੰ ਫੋਨ ਲਾਇਆ, ਐਂਬੂਲੈਂਸ ਆਈ ਨਹੀਂ ਤੇ ਅਸੀਂ ਬਾਹੂਬਲੇ ਜੀ ਲੈ ਗਏ ਜਾ ਕੇ 7:30 ਸ਼ਾਮ ਸਾਹਮਣੇ। ਤੇ ਕਿੱਥੋਂ ਕੁ ਲੱਗਦਾ ਗਿਰੀ ਹੋਏਗੀ? ਇੱਥੋਂ ਉੱਪਰੋਂ ਇੱਥੋਂ ਡਿੱਗੀ, ਕਿਉਂਕਿ ਉਹ ਕਾਰਨਰ ਦੇ ਸਾਈਡ ਤੇ ਇੱਧਰ ਡਿੱਗੀ ਹੋਈ ਆ ਤਾਂ ਇੱਧਰ ਤੱਕ ਡਿੱਗ ਨਹੀਂ ਸਕਦੀ, ਉੱਥੇ ਡਿੱਗੀ ਹੋਈ ਸੀਗੀ। ਹਾਂਜੀ, ਅੱਜ ਆਪਾਂ ਇੱਕ FIR ਰਜਿਸਟਰ ਕੀਤੀ ਹੈ, 181 ਨੰਬਰ ਹੈ, ਅੰਡਰ ਸੈਸ਼ਨ 307 376 511 34 IPC ਦੇ ਵਿੱਚ। ਇਹ ਮਾਮਲਾ ਜਿਹੜੀ FIR ਆ ਜੀ,
ਹੈਗੇ ਆ ਗੋਧੇ ਵਾਲਾ ਸਟੇਡੀਅਮ ਦੇ ਵਿੱਚ ਇੱਕ ਕੁੜੀ ਗਿਰ ਗਈ ਸੀਗੀ ਜੀ ਡੀ ਐਮ ਸੀ ਦੇ ਵਿੱਚ ਇਸ ਟਾਈਮ ਜੇਲ ਇਲਾਜ ਹੈਗੀ ਆ ਉਹਦੇ ਫਾਦਰ ਸਾਹਿਬ ਦੀ ਸਟੇਟਮੈਂਟ ਦੇ ਉੱਤੇ ਆਪਾਂ ਇਹ ਐੱਫ ਆਈ ਆਰ ਰਜਿਸਟਰ ਕੀਤੀ ਆ ਉਸਨੇ ਕਿਹਾ ਵੀ ਮੇਰੀ ਲੜਕੀ ਸੀਗੀ ਜੀ ਕੋਈ 18 ਸਾਲ ਦੇ ਕਰੀਬ 18-19 ਸਾਲ ਦੇ ਕਰੀਬ ਉਹਦੀ ਉਮਰ ਆ ਉਹਦਾ ਇੱਕ ਦੋਸਤ ਸੀਗਾ ਜੀ ਜਤਨ ਗੰਡਾ ਨਾਂ ਦਾ ਲੜਕਾ ਉਸਨੇ ਉਸ ਨੂੰ ਗੋਧੇ ਵਾਲਾ ਸਟੇਡੀਅਮ ਦੇ ਵਿੱਚ ਬੁਲਾਇਆ ਜੀ ਉੱਥੇ ਕਿਸੇ ਗੱਲ ਨੂੰ ਲੈ ਕੇ ਉਹਨਾਂ ਦੀ ਕੋਈ ਬਹਿਸਬਾਜ਼ੀ ਹੋ ਗਈ ਸੀ ਜੀ ਉਸ ਬਹਿਸਬਾਜ਼ੀ ਦੇ ਵਿੱਚ ਧੱਕਾ ਮੁੱਕੀ ਹੋਇਆ ਕੋਈ ਜ਼ੋਰ ਜ਼ਬਰਦਸਤੀ ਵਾਲੀ ਗੱਲ ਹੋਈ ਹੈ ਉਸ ਨਾਲ ਉਹ ਲੜਕੀ ਆ ਜਿਹੜੀ ਨੀਚੇ ਗਿਰ ਗਈ ਆ ਉਹਦੀ ਕਾਫੀ ਸੱਟਾਂ ਲੱਗੀਆਂ ਜੀ ਤਾਂ ਜਿਸ 'ਤੇ ਆਪਾਂ ਇਹ ਐੱਫ ਆਈ ਆਰ 182 ਦਰਜ ਕਰਤੀ ਹੈ ਕਿੰਨੇ ਦਾਣਿਆਂ ਦੇ ਸਰ ਮਾਮਲਾ ਦਰਜ ਕੀਤਾ ਗਿਆ ਜੀ ਇਹ ਜੀ ਦੋ ਨਾਮ ਲਓ ਮੈਂ ਇੱਕ ਬਾਏ ਨੇਮ ਆ ਜਤਨ ਕੰਡਾ ਬਾਏ ਨੇਮ ਆ ਦੂਜੇ ਦੋ ਨਾਮ ਲਓ ਸਰ ਅਰੈਸਟ ਪਾਈਏ ਕੁਛ ਇਸ ਮਾਮਲੇ ਦੇ ਵਿੱਚ ਨਹੀਂ ਅਜੇ ਆਪਾਂ ਰਾਊਂਡ ਅਪ ਕਰ ਰਹੇ ਹਾਂ ਉਹਨਾਂ ਨੂੰ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿੱਦਾਂ ਨੇ ਹਾਲਤ ਕਿੱਦਾਂ ਲੜਕੀ ਦੀ ਸਰ ਹੁਣ ਇਸ ਟਾਈਮ ਜਿਹੜੀ ਲੜਕੀ ਦੀ ਹਾਲਤ ਔਫ ਦਾ ਰਿਗਾਰਡ ਆਪਾਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ ਕਹਿੰਦੇ ਕੋਈ ਲੱਤਾਂ ਵਗੈਰਾ ਦੋਵੇਂ ਟੁੱਟੀਆਂ ਕੋਈ ਜਵਾੜਾ ਟੁੱਟਿਆ ਗਿਆ ਬਾਕੀ ਆਪਾਂ ਲੀਗਲ ਰਿਟਰਨ ਦੇ ਵਿੱਚ ਆਪਾਂ ਉਹਨਾਂ ਦਾ ਓਪੀਨੀਅਨ ਲਵਾਂਗੇ ਤੁਹਾਨੂੰ ਵੀ ਲੜਕੀ ਦੀ ਕੀ ਹਾਲਤ ਜੋ ਵੀ ਉਹਦੇ ਟ੍ਰੀਟਮੈਂਟ ਦੇ ਰਿਲੇਟਡ ਜੋ ਵੀ ਡਾਕੂਮੈਂਟ ਉਹਨਾਂ ਕੋਲ ਹੈਗੇ ਆਪਾਂ ਕੱਲ੍ਹ ਲੈ ਲਵਾਂਗੇ ਕਿਹੜੀਆਂ ਕਿਹੜੀਆਂ ਧਾਰਾ ਦੇ ਅਧੀਨ ਪਰਚਾ ਦਰਜ ਹੋਇਆ 307 376 511 34 IPC ਸਰ 12 ਤਰੀਕ ਦਾ ਮਾਮਲਾ ਹੈ ਅਤੇ ਐੱਫ ਆਈ ਆਰ ਤੁਹਾਡੇ ਵੱਲੋਂ ਅੱਜ ਕੀਤੀ ਗਈ ਹੈ ਦੇਖੋ ਜੀ ਇਹ 12 ਤਰੀਕ ਦੀ ਇੰਸੀਡੈਂਟ ਆ ਆਪਾਂ ਨੂੰ 13 ਨੂੰ ਲੇਟ ਨਾਈਟ ਇਨਫੋਰਮੇਸ਼ਨ ਮਿਲੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਐਕਸੀਡੈਂਟ ਦੀ ਅਤੇ ਨਾ ਆਪਾਂ 14 ਨੂੰ ਉੱਥੇ ਬੰਦਾ ਭੇਜਿਆ ਜੀ ਡੀ ਐੱਮ ਸੀ ਦੇ ਵਿੱਚ ਉੱਥੇ ਉਹਨਾਂ ਦੇ ਫਾਦਰ ਸਾਹਿਬ ਨੇ ਇਹ ਗੱਲ ਕਹੀ ਸੀਗੀ ਵੀ ਮੈਂ ਉੱਥੇ ਮੌਕੇ 'ਤੇ ਮੌਜੂਦ ਨਹੀਂ ਸੀਗਾ ਇਸ ਕਰਕੇ ਜਿਹੜੀ ਮੇਰੀ ਬੇਟੀ ਆ ਉਹੀ ਸਹੀ ਤਰੀਕੇ ਨਾਲ ਇਸ ਘਟਨਾ ਦੀ ਬਿਆਨੀ ਕਰ ਸਕਦੀ ਆ ਦੈਨ ਆਪਾਂ ਡਾਕਟਰ ਤੋਂ ਲੀਗਲ ਓਪੀਨੀਅਨ ਆਪਣਾ ਰਿਟਰਨ ਦੇ ਵਿੱਚ ਓਪੀਨੀਅਨ ਦੇ ਲਈ ਵੀ ਇਹ ਫਿੱਟ ਹੈ ਬਿਆਨ ਦੇਣ ਦੇ ਕਿ ਨਹੀਂ ਉਹਨਾਂ ਨੇ ਕਿਹਾ ਜੀ ਇਹ ਅਨਫਿੱਟ ਹੈ ਇਸ ਕਰਕੇ ਆਪਾਂ 15 ਤਰੀਕ ਨੂੰ ਵੀ ਉਹਨਾਂ ਨੇ ਅਨਫਿੱਟ ਦੱਸਿਆ ਦੈਨ ਆਪਾਂ ਨੂੰ ਅੱਜ ਉਹਨਾਂ ਨੇ ਉਹਦੇ ਫਾਦਰ ਸਾਹਿਬ ਨੇ ਦੱਸਿਆ ਵੀ ਇਹ 'ਤੇ ਸੈਕਸ਼ੂਅਲ ਅਸੋਲਟ ਹੋਇਆ ਸੀਗਾ ਦੈਨ ਆਪਾਂ ਇਮੀਡੀਏਟਲੀ ਐੱਫ ਆਈ ਆਰ ਲੌਂਚ ਕਰਤੀ